स्वागत है किसान वीरों तुहाडा सिदक डेयरी फार्मिंग दे विच। किसान वीरों अज एक होर वीडियो दिखाउणे आ तुहानू पुच्चो खुरद दे विचों। ये बठिंडे जिले का पिंड ते बठिंडे तो संगरूर बरनाले वाली सड़क के उत्ते ये पिंड आउंदा। इस घर चों बहुत वीडियो बनाई दीआं। पुच्चो खुरद पिंड का नाम ते बाई का जिहड़ा सेल परचेज का काम आ दोस्तों सिद्धू डेयरी फार्म बाई जी उन्होंने नाम रख्या। ज़्यादातर इत्थे तुहानू हीफर दिखाई दी गबन तो जड़िया दुध दंद होंगे नॉन प्रैगनेंट। आज जी वीडियो बननी वो तीन गावं दिखाऊंगा पर इस साइड के उत्ते वछियां बाई कलैक्ट कर रहा है। आने वाले टाइम वीडियो थोड़ू वछियां की भी दिखावे क्योंकि वछियां तो इतने हर टाइम ही देखने मिलदी हैं। पर अज जी वीडियो वो एक सामने एच एफ नसल की सोहनी गां फॉर सेल है सून वाली है। एक थोड़ी क्रॉसिंग वैड है पर जर्सी के बच्चे टॉप दे देगी मेरी समझ मुताबक। एक बच्छी गब्बन है जर्सी। सो तीन नग तुसी वीडियो एंड तक देखो थोनू जी गां इन पसंद आ जो तसली कर लियो जे आके तो आपकी समझ ना खरीद लियो। आओ बाई ने गलबात करिए। निर्मल भाई सत श्रीकाल। अज आप दो दुध वाली गावं एक बच्छी गब्बन दिखावे। हाँ जी वैड़ा आने वाली हीफर आ जाने होर बच्चिया। हाँ चार क लिया जी। ਠੀਕ ਹੈ ਅੱਛਾ ਮਿਲ ਨਹੀਂ ਰਹੀਆਂ ਯਾਰ ਉਹ ਚੰਗੀਆਂ ਜੀ ਘੱਟ ਮਿਲ ਰਹੀਆਂ ਉਹ ਵੀ ਗਾਵਾਂ ਦੇ ਨਾਲ ਲਈਆਂ ਜੀ ਜਰਸੀ ਇੱਕ ਚਫ ਵੱਛੀ ਉਹ ਸਵੇਰੇ ਆਈਆਂ ਅੱਜ। ਠੀਕ ਹੈ ਗਾਵਾਂ ਸਵੇਰੇ ਆਈਆਂ ਹਾਂ ਜੀ। ਠੀਕ ਹੈ ਅੱਛਾ ਬਾਈ ਪਹਿਲੇ ਨੰਬਰ ਤੇ ਜਰਸੀ ਵੱਛੀ ਗੱਬਣ ਖੜੀ ਹੈ ਕਿੰਨੇ ਚਿਰ ਦੀ ਗੱਬਣ? ਇਹ 5 ਮਹੀਨੇ ਦੀ ਸਾ 5 ਸਾਢੇ 5 ਮਹੀਨੇ ਗੱਬਣ ਹੈ। ਪੰਜਾਂ ਤੋਂ ਉੱਤੇ ਚੈੱਕ ਪਾਸ? ਹਾਂ ਜੀ ਚੈੱਕ ਪਾਸ ਡਾਕਟਰ ਲਾਉਣਗੇ ਵੀ ਚੈੱਕ ਕਰਵਾ ਕੇ। ਦੰਦੋ ਕਿਵੇਂ? ਦੰਦੋ ਦੋ ਦੰਦ ਚੱਕ ਲਏ। ਦੋ ਦੰਦ ਚੱਕੇ ਜੀ। ਠੀਕ ਹੈ ਕੀ ਰੇਟ ਕਰ ਦਿੰਦੇ ਦਾ ਬਾਈ? ਇਹਦਾ 36000 ਬਾਈ। 36000 ਤੋਰੀ। ਸੋ ਦੋਸਤੋ 5 ਮਹੀਨਿਆਂ ਤੋਂ ਉੱਤੇ ਗੱਬਣ ਹੈ 5.5 ਦੀ ਮੰਨ ਲਓ 5.25 ਦੀ ਮੰਨ ਲਓ ਆਪਦਾ ਡਾਕਟਰ ਵੀਰ ਲਿਆਇਓ ਤੇ ਚੈੱਕ ਕਰਾ ਕੇ ਲੈ ਜਾਓ। ਦੋਂਦ ਵਾਲੇ ਦੰਦ ਬਾਈ ਕਹਿੰਦਾ ਵੀ ਇਹਨੇ ਚੱਕ ਲਏ ਆ ਉਹ ਤੁਸੀਂ ਦੇਖ ਲਓਗੇ। ਦੋ ਦੰਦ ਵੱਛੀ ਆ ਦੱਸੋ ਮਹੀਨੇ 4 ਰਹਿੰਦੇ ਆ ਸੂਣ ਚ ਰੁੱਤ ਚ ਸੂਗੀ। ਸੋਹਣੇ ਢਾਂਚੇ ਦੀ ਜਰਸੀ ਗਾਂ ਇਹਨੇ ਬੰਨਣਾ। ਹਵਾਨਾ ਬਹੁਤ ਸੋਹਣਾ ਬਣਾਉਣਾ ਸ਼ੁਰੂ ਕੀਤਾ। 5 ਮਹੀਨਿਆਂ ਦੇ ਹਿਸਾਬ ਤੇ ਚੰਗੀ ਤਿਆਰੀ ਦੋਸਤੋ ਫੜਦੀ ਆਉਂਦੀ ਆ ਵੱਛੀ। ਕੱਦ ਕਾਠ ਵੀ ਸੋਹਣਾ ਰੱਖੂਗੀ ਢਾਂਚਾ ਚੰਗਾ ਰਹੂਗਾ। ਸੋ ਦੋਂਦੀ ਜਰਸੀ ਵੱਛੀ ਪਿਓਰ ਜਰਸੀ ਬਰੀਡ ਆ ਦੱਸੋ ਰੰਗ ਰੂਪ ਵੀ ਬਹੁਤ ਸੋਹਣਾ। ਲੈ ਚੱਲ ਬਾਈ 36000 ਇਹਦਾ ਰੇਟ ਹੈ। ਥਣ ਹੱਥੀਂ ਚੁਆਈ ਵਾਲਾ ਰੱਖੂਗੀ ਹੁਣੇ ਹੀ ਦੱਸਦਾ। ਹਵਾਨਾ ਸੋਹਣਾ ਬਣਾਊਗੀ ਉਹ ਵੀ ਚੀਜ਼ ਕਲੀਅਰ ਹੈ। ਬਾਕੀ ਤੁਹਾਡੀ ਸਮਝ 'ਚ ਆਉਂਦੀ ਹੈ ਤਾਂ ਤੁਸੀਂ ਕਾਲ ਬਾਈ ਨੂੰ ਕਰਿਓ ਜੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ। ਹਜੇ 4 ਮਹੀਨੇ ਪਏ ਹੈ ਸੋਹਣੀ ਸਿਹਤ ਇਹਦੀ ਬਣ ਸਕਦੀ ਹੈ ਜੇ ਕੋਈ ਵੀਰ ਚੰਗੀ ਫੀਡ ਪਾ ਕੇ ਇਹਨੂੰ ਪਾਲਦਾ ਤਾਂ। ਤੁਸੀਂ ਹਵਾਨਾ ਦੇਖੋ 5-5.5 ਮਹੀਨੇ ਦੀ ਵੱਛੀ ਦਾ ਕਿੱਡਾ ਸੋਹਣਾ ਥਣ ਅਤੇ ਹਵਾਨਾ ਇਹਦਾ ਤਿਆਰ ਹੁੰਦਾ ਆਉਂਦਾ। ਸੋ ਦੁੱਧ ਵਾਲੀ ਨਿਕਲੂਗੀ ਵੱਛੀ ਉਮੀਦ ਇਹ ਕਰ ਸਕਦੇ ਹਾਂ। ਇਹਦੋਂ ਅੱਗੇ ਇੱਕ ਥੋੜ੍ਹਾ ਕ੍ਰੋਸ ਅੰਗ ਦੇ ਵਿੱਚ ਗਾਂ ਕਿੰਨਵਾਂ ਸੂਆ ਨੂੰ? ਇਹ ਸੂਆ ਦੂਜਾ ਬਾਈ। ਠੀਕ ਹੈ ਦਿਨ ਕਿੰਨੇ ਲੈ ਜੂਗੇ? ਦਿਨ ਲੈ ਜੂਗੀ 8000 ਬਾਈ। ਰੇਟ ਇਹਦਾ ਕੀ ਰੱਖਾਂਗੇ? ਰੇਟ ਹੈ 66000 ਬਾਈ। ਤੋਰੀ ਬਾਈ 66000 ਰੇਟ ਹੈ ਦੋਸਤੋ। 5-4 ਦਿਨ ਹਜੇ ਲੈਂਦੀ ਹੈ। ਠੰਡੀ ਸੀਲ ਫੁੱਲ ਹੈ। ਹਵਾਨੇ ਦੀ ਅਗਾੜੀ ਬਹੁਤ ਸੋਹਣੀ ਦਿਸਦੀ ਹੈ। ਹਵਾਨਾ ਪਿੱਛੋਂ ਵੀ ਚੰਗਾ ਦਿਸਦਾ ਪਰ ਅਗਲੇ ਪਾਸਿਓਂ ਹਵਾਨਾ ਬਹੁਤ ਸੋਹਣਾ ਇਹਦਾ ਨਜ਼ਰ ਆ ਰਿਹਾ। ਹੁਣ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਹੋ ਚੌੜਾ ਹਵਾਨਾ ਤੁਹਾਨੂੰ ਨਜ਼ਰ ਆਊਗਾ। ਦੂਜਾ ਸੂਆ ਅੱਗੋਂ ਘੁਮਾ ਲੈਂਦਾ ਬਾਈ। ਦੋਸਤੋ ਹੁਣ ਜਦੋਂ ਵਾਪਸ ਮੁੜਦੀ ਹੈ ਫਿਰ ਹਵਾਨਾ ਤੁਸੀਂ ਦੇਖਿਓ। ਠੀਕ ਹੈ ਹਵਾਨੇ ਦੇ ਉੱਤੇ ਨਾੜਾਂ ਚੰਗੀਆਂ ਦਿਸਣਗੀਆਂ ਤੁਹਾਨੂੰ। ਥਣ ਦਾ ਸਾਈਜ਼ ਵੀ ਹੱਥੀਂ ਚੁਆਈ ਵਾਲਾ ਦਿਸੂਗਾ। 66000 ਰੇਟ ਹੈ। ਸੋ ਜਿਹੜਾ ਵੀਰ ਖਰੀਦਦਾ ਸੀਮਣੇ ਦੇ ਗਾਂ ਤੋਂ ਜਰਸੀ ਲਵਾਇਓ ਇਸ ਵਾਰ ਪਤਾ ਨਹੀਂ ਕਿਹੜਾ ਲੱਗਾ ਹੋਊਗਾ। ਤੁਸੀਂ ਹਵਾਨਾ ਇਹਦਾ ਵੀਡੀਓ 'ਚ ਦੇਖ ਹੀ ਰਹੇ ਹੋ। ਸੋਹਣੀ ਗਾਂ ਦੁੱਧ ਵਾਲੇ ਪੱਖ ਤੋਂ ਜਰਸੀ ਦੇ ਬੱਚੇ ਲੈ ਸਕਦੇ ਹੋ। ਜਰਸੀ ਬਰੀਡ ਤਿਆਰ ਹੋਊਗੀ ਇਸ ਵੈਡ ਤੋਂ। ਤੁਸੀਂ ਹਵਾਨਾ ਇਹਦਾ ਫਿਰ ਦੇਖੋ ਚੰਗਾ ਤਿਆਰ ਦਿਸਦਾ। ਇੱਥੋਂ ਤੁਸੀਂ ਕਲੀਅਰ ਹਵਾਨਾ ਦੇਖ ਸਕਦੇ ਹੋ। ਅੱਗੇ ਨੂੰ ਥੋੜ੍ਹਾ ਵੱਧ ਹਵਾਨਾ ਦਿਸਦਾ ਥਣ ਸੋਹਣੇ ਆ। ਸੋ ਇਹ 66000 ਰੇਟ। ਇੱਕ ਇਹ ਤੋਂ ਅੱਗੇ ਠੰਡੀ ਸੀਲ ਦੱਸੋ ਫੁੱਲ ਹੈ। ਇੱਕ ਅੱਗੇ ਐਚ ਐਫ 'ਚ ਵੱਛੀ ਖੜੀ ਹੈ। ਕਿੰਨਵਾਂ ਸੂਆ ਬਾਈ? ਸੂਆ ਦੂਜਾ 6 ਦੰਦ ਹੈ। 6 ਦੰਦ ਦੂਜਾ ਸੂਆ। ਦਿਨ ਕਿੰਨੇ ਲੈਂਦੀ ਹੈ? ਦਿਨ ਇਹ ਲੈ ਜੂਗੀ 14-15 ਜੀ। ਕੀ ਰੇਟ ਕਰਦੇ ਹੋ ਦਿਨ ਨੂੰ ਬਾਈ? 74000 ਜੀ। 74000 ਚੋਰੀਆਂ ਖੋਲੀ ਦੇ। ਸੋ ਦੱਸੋ 74000 74000 ਰੇਟ ਹੈ। ਸੂਆ ਇਹਦਾ ਦੂਜਾ ਹੈ ਅਤੇ ਇਹ 6 ਦੰਦ ਹੈ ਮੂੰਹ ਦੇ ਵਿੱਚੋਂ। ਤੁਹਾਨੂੰ ਦੰਦ ਵੀ ਦਿਖਾ ਦਿੰਦੇ ਹਾਂ ਜੇ ਸੱਚੇ ਦਿਸ ਗਏ ਤਾਂ। ਕੰਨੀਆਂ ਖੜੀਆਂ ਦਿਸਣੀਆਂ ਦੱਸੋ। ਠੀਕ ਹੈ ਬਾਈ ਓਕੇ। ਸੋ ਛਿੱਗੀ ਹੈ ਵੱਛੀ ਅਤੇ ਦੂਜਾ ਸੂਆ ਸੂ ਰਹੀ ਹੈ ਕਰਮ ਵਾਲੀ। ਹਜੇ ਦਿਨ ਲੈਂਦੀ ਹੈ ਸੂਣ 'ਚ ਹਵਾਨਾ ਬਹੁਤ ਚੰਗਾ ਬਣਾਊਗੀ। ਥਣ ਇਹਦਾ ਵੀ ਹੱਥੀ ਚੁਆਈ ਵਾਲਾ ਹੀ ਰਹਿਣਾ। ਦੁੱਧ ਵਾਲੀ ਵੈੜ ਹੈ ਜਿਹਨੂੰ ਪਸੰਦ ਆਵੇ ਤਾਂ। ਇਹਦਾ ਰੇਟ 74000 ਹੈ। ਹਵਾਨਾ ਤੁਸੀਂ ਇੱਥੋਂ ਦੇਖ ਲਓ ਥੋੜ੍ਹਾ ਜਿਹਾ ਡਰਦੀ ਹੈ ਮੇਰੇ ਤੋਂ। ਇੱਥੋਂ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਹੋ।
सो इहदा रेट 74,000 भाई ने किया, तो दूजी का रेट 66,000 है। थोनू जिहड़ी वैड इन्हां चों पसंद आउंदी है काल भाई नू कर सकते हो, दसो नंबर स्क्रीन उत्ते चली जांदा। ठीक है, ओके। तो वैसे दोस्तों ठंडी सील है, थोड़ा जिहा मेरे तो जरूर डरती सी। हवाना बड़ा सोहना कढ़ूगी, जिन्ना भी हवाना पट्टा दे सन की रहना, तो थन दा साइज चंगा साइड तो कर दे, अगाड़ी भी जिहड़ी ओह चंगी रखदी आउंदी है बच्ची। सो ये दोस्तों नाग 3 अज की वीडियो च विक्री वाले आ, बछियां आने वाली हैं। जो कोई वीर वैड खरीदनी चाहता संपर्क कर लियो, तो बाकी 3 नग थोनू इस टाइम जो मौजूद आ दिखाते हैं। धन्यवाद वीडियो देखने वास्ते।